ਚਾਚੂ ਜੈ ਰਾਣਾ, ਇਹਨੇ ਕੁ ਸਵਾਲਾਂ ਕੋ ਹੱਲ ਕਰਨ ਦਾ ਤਰੀਕਾ ਕਾਰ ਬਹੁਤ ਆਸਾਨ ਹੈ, ਸਿਰਫ ਥੋੜ੍ਹਾ ਜਿਹਾ ਸਮਝਣ ਦੀ ਜ਼ਰੂਰਤ ਹੈ, ਠੀਕ ਹੈ ਨਾ? ਮੈਂ ਕੋ ਨਹੀਂ ਪਤਾ ਜਨਰਲ ਟੀਚਰ ਤੋਂ ਕੋ ਕਿਹੜੀ ਟੈਕਨੀਕ ਸਮਝਣੇ, ਠੀਕ ਹੈ ਨਾ? ਅਤੇ ਸਾਈਟ ਵਿੱਚ ਯੂਜੁਅਲੀ ਇਹ ਹੁੰਦੇ ਕਿ ਤੁਹਾਨੂੰ ਕੋ ਸ਼ਾਰਟ ਟੈਕਨੀਕਸ ਦਿਖਾ ਰਹੇ ਹਨ ਕਿ ਕਿਵੇਂ ਕਿਵੇਂ ਹੱਲ ਕਰਨ, ਠੀਕ ਹੈ ਨਾ? ਮਤਲਬ ਕਿ ਜਲਦੀ ਸਵਾਲ ਤੱਕ ਬੰਦਾ ਪੁੱਜ ਵਜੇ, ਲੇਕਿਨ ਬੜਾ ਆਸਾਨ ਤਰੀਕਾ ਇਹ ਕਿ ਮੈਂ ਥੋੜ੍ਹਾ ਜਿਹਾ ਮੇਰੇ ਕੋਲ ਦਿਖਾ ਰਹੇ ਹਾਂ, ਮੈਂ ਕੋ ਨਹੀਂ ਪਤਾ ਤੁਹਾਨੂੰ ਕਿਤਨਾ ਜਿਓਮੈਟਰੀ ਆਉਂਦੀ ਹੈ। ਲੇਕਿਨ ਹੁਣ 18ਵਾਂ ਔਰ 19ਵਾਂ ਜਿਹੜਾ ਕੁਐਸਚਨ ਹੈ ਉਹ ਕੋ ਦੇਖੋ, ਉਹਦੇ ਵਿੱਚ ਉਹ ਦੱਸਣਾ ਪਏ ਜਿਹੜਾ ਨਾ ਇੱਕ ਰੈਕਟੈਂਗਲ ਹੈ ਔਰ ਉਹਦੀ ਜਿਹੜਾ ਨਾ ਡਾਇਗਨਲ ਦੀ ਜਿਹੜੀ ਹੈ ਉਹ ਹੈ 12 ਹੈ ਔਰ ਉਹਦਾ ਜਿਹੜਾ ਐਂਗਲ ਹੈ ਉਹ 30 ਹੈ। ਪਹਿਲੀ ਗੱਲ ਹੈ ਰੈਕਟੈਂਗਲ ਕਿਆ ਹੁੰਦੇ, ਰੈਕਟੈਂਗਲ ਮਤਲਬ ਇਹ ਉਹ ਸ਼ਕਲ ਹੈ ਜਾਂ ਉਹ ਮਤਲਬ ਕਿ ਡਾਇਆਗ੍ਰਾਮ ਹੈ ਜਿਹਦੇ ਵਿੱਚ ਇਹ ਸਕੁਆਇਰ ਜਿਹੜਾ ਏ ਵਾਲੀ ਲੈਂਥ ਅਤੇ ਏ ਵਾਲੀ ਲੈਂਥ ਬਰਾਬਰ ਨਾ ਹੋਵੇ, ਠੀਕ ਹੈ ਨਾ? ਫੋਰ ਐਗਜ਼ਾਮਪਲ ਏ ਕੋ ਆਦਨ ਲੈਂਥ, ਇਹ ਕੋ ਬੇਸ ਵੀ ਆਦਨ, ਬੇਸ ਦਾ ਮਤਲਬ ਬੁਨਿਆਦ, ਠੀਕ ਹੈ ਨਾ? ਔਰ ਇਹ ਜਿਹੜਾ ਨਾ ਵਿਡਥ ਵੀ ਆਦਨ, ਵਿਡਥ ਦਾ ਮਤਲਬ ਚੁੜਾਈ, ਠੀਕ ਹੈ ਨਾ? ਲੈਂਥ ਦਾ ਚੁੜਾਈ ਇਹ ਬਰਾਬਰ ਨਾ ਹੋਵੇ, ਜਿਹਦਾ ਮੈਂ ਬਰਾਬਰ ਕਹਿੰਦੀ ਇਹ ਰੈਕਟੈਂਗਲ ਬਣਵੇ ਸੀ, ਅਗਰ ਬਰਾਬਰ ਹੋਵੇ ਤਾਂ ਉਹ ਸਕੁਆਇਰ ਬਣਵੇ ਸੀ, ਠੀਕ ਹੈ ਨਾ? ਤੋ ਹਿੰਦੇ ਵਿੱਚ ਅਗਰ ਤੁਸੀਂ ਦੇਖੋ ਕਿ ਇਹ ਲੈਂਥ ਹੈ ਔਰ ਇਹ ਵਿਡਥ ਹੈ, ਇੱਕੋ ਬਿਆ ਲਫਜ਼ ਇੱਕ ਪਰਪੈਂਡੀਕੁਲਰ ਵੀ ਆਦਨ, ਠੀਕ ਹੈ ਨਾ? ਪਰਪੈਂਡੀਕੁਲਰ ਜਿਹੜੀ ਉਹ ਚੀਜ਼ ਜਿਹੜੀ ਇਵੇਂ ਸਟੈਂਡ ਕੀਤੀ ਖੜੀ ਹੋਵੇ ਕਹੀਂ ਨਾਲ 90 ਦਾ ਡਿਗਰੀ ਦਾ ਜ਼ਾਵਿਆ ਬਣਨੀ ਪਵੇ, ਕਿਉਂਕਿ ਇਹਦਾ ਦੇਖੋ ਨਾ ਇਹਦਾ ਤਾਂ ਇਹਦਾ ਜਿਹੜਾ ਐਂਗਲ ਹੈ ਇਹਦੇ ਦਰਮਿਆਨ ਵਿੱਚ 90 ਡਿਗਰੀ ਹੈ, ਬਿਲਕੁਲ ਮਤਲਬ ਸਿੱਧਾ ਉਹਦੇ ਉੱਤੇ ਹੈ। ਅਤੇ ਅੱਛਾ ਉਹਦੇ ਦਰਮਿਆਨ ਵਿੱਚ ਇਹ ਜਿਹੜਾ ਉਹਨੇ ਇੱਕੋ ਬਣਾਇਆ ਹੋਇਆ ਇਹ ਵੀ ਡਾਇਗਨਲ ਹੈ, ਠੀਕ ਹੈ ਨਾ? ਕੋਈ ਇੱਕੋ ਉਰਦੂ ਵਿੱਚ ਵਿਤਰ ਵੀ ਆਦਨ ਜਾਂ ਵੱਤਰ ਵੀ ਆਦਨ, ਵਿਤਰ ਸਪੈਸ਼ਲੀ ਆਦਨ। ਤੋ ਇਹ ਜਿਹੜਾ ਨਾ ਇਹ ਸਿੱਧਾ ਇਹ ਹੈ, ਤੋ ਇਹਦੇ ਦਰਮਿਆਨ ਇੱਕ ਕਿਹੜਾ ਐਂਗਲ ਬਣਦਾ ਪਏ 30 ਦਾ, ਠੀਕ ਹੈ ਨਾ? 30 ਦਾ ਐਂਗਲ ਹੈ ਔਰ ਇਹੋ ਵੀ 30 ਦਾ ਐਂਗਲ ਦੱਸਣੇ ਪੈਣ, ਠੀਕ ਹੈ? ਤੋ ਹੀ ਵਜ੍ਹਾ ਕਨੇ ਇੱਕ ਡਾਇਗਨਲ ਇਹਦੀ ਇਹਦੀ ਹੁਣ ਸਗੋਂ ਵੈਲਿਊ ਦਾ ਪਤਾ ਹੁਣ ਸਾਰੇ ਤੇ ਵੈਲ 12 ਸਗੋਂ ਬੇਸ ਦੀ ਅਤੇ ਪਰਪੈਂਡੀਕੁਲਰ ਦੀ ਵੈਲਿਊ ਦਾ ਪਤਾ ਕਹਿਣੀ, ਠੀਕ ਹੈ ਨਾ? ਇਹਦੀ ਅਤੇ ਇਹਦੀ। ਤੋ ਇਹਦਾ ਤਰੀਕਾ ਕਰ ਕਿਆ ਹੈ, ਇਹਦਾ ਇੱਕ ਫਾਰਮੂਲਾ ਹੈ ਕਿ ਜੀ ਅਗਰ ਅਸਾਂ ਅਮੂਦ ਇੱਕ ਉਰਦੂ ਵਿੱਚ ਅਗਰ ਥੋੜ੍ਹਾ ਸਾਵਾਂ ਵਿਡਥ ਦੱਸਾਵਾਂ ਜਾਂ ਪਰਪੈਂਡੀਕੁਲਰ ਦੱਸਾਵਾਂ, ਇਹਦੀ ਅਤੇ ਇਹਦੇ ਦਰਮਿਆਨ ਡਾਇਗਨਲ ਦੇ ਦਰਮਿਆਨ ਵਿੱਚ ਇੱਕ ਅਗਰ ਐਂਗਲ ਹੋਵੇ ਤਾਂ ਉਹਦਾ ਇੱਕ ਫਾਰਮੂਲਾ ਹੈ, ਉਹਦਾ ਫਾਰਮੂਲਾ ਉਹ ਕੁਆ ਦੇਣ ਸਾਈਨ ਥੀਟਾ ਇਜ਼ ਇਕੁਅਲ ਟੂ ਵਿਡਥ, ਠੀਕ ਹੈ ਨਾ? ਵਿਡਥ ਓਵਰ ਡਾਇਗਨਲ। ਹੁਣ ਸੈਕੂ ਇਹਦੇ ਵਿੱਚ ਜਿਹੜਾ ਨਾ ਡੂ ਕੀਮਤਾਂ ਦਿੱਤੀਆਂ ਖੜਨ, ਡਾਇਗਨਲ ਦੀ ਕੀਮਤ ਦਿੱਤੀ ਖੜੀ ਹੈ ਜਿਹੜੀ ਕਿ 12 ਹੈ, ਠੀਕ ਹੈ? ਥੀਟਾ ਦੀ ਵੀ ਕੀਮਤ ਦਿੱਤੀ ਖੜੀ ਹੈ ਉਹ ਹੈ 30, ਕਿਉਂ ਹੁਣ ਦਸਾ ਦਿੱਤੇ ਨਾ? ਤੋ ਹਿੰਦੇ ਵਿੱਚ ਕਿਆ ਲੱਗ ਸੂ, ਸਾਈਨ 30 ਡਿਗਰੀ ਵਿਡਥ ਬਟੇ ਡਾਇਗਨਲ ਦੀ ਜਗ੍ਹਾ 'ਤੇ 12 ਆਵੇ ਸੀ। ਤਾਂ ਹੁਣ ਪਤਾ ਹੈ ਨਾ ਅਸਾਂ ਤਾਂ ਵਿਡਥ ਦੀ ਕੀਮਤ ਮਲੂਮ ਕਰਨੀ ਹੈ, ਇਹਦੇ ਤੋਂ ਪਤਾ ਅਸਾਂ ਕਰਾਸ ਉਹ ਕਰਿੰਦੇ ਰਹਿੰਦੇ, ਕਿਉਂਕਿ ਇਹਦੇ ਥੱਲੇ ਹਿੱਕੇ ਇੰਕ ਕਰਿੰਦੇ ਰਹਿੰਦੇ ਨਾ ਇਵੇਂ, ਤੋ ਅਸਾਂ ਇਹਨੂੰ ਵਿਡਥ ਰੱਖਦੇ ਸੂ, ਠੀਕ ਹੈ ਨਾ? ਵਿਡਥ ਵਿਡਥ ਵੀ ਪਾਸੋਂ ਰੱਖ ਜੂ, ਚਲੋ ਸਿਗ ਸਾਈਨ 30 ਮਲਟੀਪਲਾਈ 12, ਕਿਉਂਕਿ ਉਡੂਡੇ ਇਹ ਇੱਕ ਜਿਹੜਾ ਜ਼ਰਬ ਵਿਖਾਓ ਸੀ ਉੱਤੇ ਉਹ ਤਾਂ ਇੱਕੋ ਰਹੇ ਵੇ ਸੀ, ਵਿਡਥ ਵਿਡਥ ਇੱਕੋ ਕੁਝ ਸੀ ਨਾ, ਠੀਕ ਹੈ? ਹੁਣ ਇਹ ਜਿਹੜਾ 12 ਦੀ ਕੀਮਤ ਇਹ ਹੈ, ਅਗਰ ਤੁਸੀਂ ਇਹਦੀ ਜਿਹੜਾ ਕੀਮਤ ਸਾਈਨ 30 ਦੀ ਕੀਮਤ ਨਾਲ ਉਹ ਕਰੋ ਤਾਂ ਇਹ ਸਾਈਨ 30 ਅਗਰ ਤੂੰ ਕੈਲਕੂਲੇਟਰ 'ਤੇ ਵਜੇ ਤਾਂ ਉਹ ਕਿਵੇਂ ਹੱਲ ਕਰੇ ਸੀ, ਤਾਂ ਪਤਾ ਹੈ ਇਹਦਾ ਤਰੀਕਾ ਕਰ ਰਿਹਾ ਹੈ ਇਹਦੇ ਦੇਖ। ਫੋਰ ਐਗਜ਼ਾਮਪਲ ਅਗਰ ਨਹੀਂ ਤੂੰ ਦੇਖ ਇਹ 30 30, ਠੀਕ ਹੈ ਨਾ? ਇਹ ਕੋ ਅਗਰ ਸਾਈਨ ਕਰੇ ਇਹ ਆਪ ਸੀ 0.5 ਡਿਗਰੀ, ਤੋ 0.5 ਦੀ ਨਹੀਂ। ਹੁਣ ਇਹਦੇ ਵਿੱਚ ਦੇਖਦੇ
ਇੱਥੇ ਹੀ ਜਿਹੜਾ ਸਾਨੂੰ 0.5 ਲਾ ਦਿੱਤੇ ਸੀ, 30 ਦੀ ਜਗ੍ਹਾ 'ਤੇ ਵਿਡਥ ਉਵੇਂ ਰਹਿ ਗਈ। ਇੱਕ ਅਗਰ ਮਲਟੀਪਲਾਈ ਕਰੂੰ ਇਹ 6 ਬਣ ਗਏ ਸੀ, ਵਿਡਥ ਕਿਆ ਬਣ ਗਏ ਸੀ 6। ਤੁਸੀਂ ਲਿਖਿਆ ਆਪਸੀ ਕੀਮਤ ਉੱਤੇ ਅਸੀਂ ਲਿਖ ਦੇ ਸੂੰ 6, ਠੀਕ ਹੈ ਨਾ। 6 ਇਹ ਕੀ 6 ਦੇ ਬਰਾਬਰ ਹੈ। ਇਹ ਕਿਤਨੇ ਦੇ ਬਰਾਬਰ? 12 ਦੇ। ਹੁਣ ਇਹਦੀ ਮਲੂਮ ਕਰਨੀ ਹੈ ਇਹਦੇ ਵਾਸਤੇ ਵਿਆਹ, ਉਹਦੇ ਵਾਸਤੇ ਇਹ ਹੁੰਦਾ ਫਾਰਮੂਲਾ, ਜਿਹੜਾ ਚੀਜ਼ ਤੱਲੇ ਪਈ ਹੋਵੇ ਔਰ ਇਹਦੇ ਤਾਂ ਐਂਗਲ ਬਣਦੀ ਪਈ ਹੋਵੇ, ਤਾਂ ਉਹਦਾ ਫਾਰਮੂਲਾ ਇਹ ਹੈ। ਉਹਦਾ ਫਾਰਮੂਲਾ ਹੈ ਕਾਸ ਥੀਟਾ ਇਜ਼ ਇਕੁਅਲ ਟੂ ਲੈਂਥ, ਠੀਕ ਹੈ ਨਾ, ਮੈਂ ਲੈਂਥ ਬਟੇ ਡਾਇਗਨਲ, ਠੀਕ ਹੈ ਨਾ। ਡਾਇਗਨਲ ਦੇ ਕੀ ਮਤਲਬ ਆ? ਰੀਤੀ ਖੜੀ ਹੈ, ਕਾਸ ਥੀਟਾ ਦੀ ਰੀਤੀ ਖੜੀ, ਕਿਉਂਕਿ ਮੁੰਡੇ ਸਾਰੇ ਤੇ ਕਿ ਦੋਹੇ ਨਾਲ ਜਿਹੜਾ ਐਂਗਲ ਬਣਦਾ ਪਿਆ ਨਾ ਦੋਹੇ ਨਾਲ 30 ਡਿਗਰੀ ਦਾ। ਤਾਂ ਇਹਦਾ ਕਿਆ ਮਤਲਬ ਹੈ? ਹੁਣ ਦਾ ਕਾਸ 30 ਡਿਗਰੀ ਇਜ਼ ਇਕੁਅਲ ਟੂ ਲੈਂਥ, ਠੀਕ ਹੈ ਨਾ, ਬਟੇ ਡਾਇਗਨਲ ਦੀ ਕੀਮਤ ਕਿਆ ਹੈ? ਉਹਦੇ ਕਿਤੇ 12, ਮਤਲਬ ਉਹ ਕ੍ਰਾਸ ਪ੍ਰੋਡਕਟ ਜੋ ਕਰੇ ਕ੍ਰਾਸ ਕਰੇ ਸੂੰ ਇਹ 12 ਮਲਟੀਪਲਾਈ ਕਾਸ ਥੀਟਾ, ਸੋਰੀ ਕਾਸ 30, ਠੀਕ ਹੈ, ਇਜ਼ ਇਕੁਅਲ ਟੂ ਲੈਂਥ, ਠੀਕ ਹੈ ਨਾ। ਹੁਣ ਇਹ ਜਿਹੜਾ ਨਾ, ਹੁਣ ਕਾਸ ਥੀਟਾ, ਹੁਣ ਇੱਥੇ ਕਾਸ ਥੀਟਾ ਦੇ ਲੈ ਪਿਓ, ਕਾ 30 ਇਹ ਕਾਸ ਥੀਟਾ, ਠੀਕ ਹੈ ਨਾ। ਇਹ ਜੋ ਵੀ ਕਾਸ ਥੀਟਾ ਇਹ ਆ ਗਿਆ 0.866, ਠੀਕ ਹੈ ਨਾ, 0.866। ਤੋ ਅਸਾਂ ਜਿਹੜਾ ਇੱਕ 12 ਮਲਟੀਪਲਾਈ 0.866, ਠੀਕ ਹੈ ਨਾ। ਅਗਰ ਉਹ ਲਿਖਣ 'ਚ ਮੈਂ ਅੱਗੋਂ ਜਿਵੇਂ 0.2 ਇਹ ਵੀ ਕਰ ਸਕਦੀ ਇਹ ਲੈਂਥ। ਹੁਣ ਹੀ ਕੋ ਤੇ ਕੋ ਜ਼ਰਬ ਦੇ ਸੈਂ, ਤੋ ਇਹਦੀ ਕੀਮਤ, ਇਹ ਇਹਦੀ ਕੀਮਤ ਆਵੇ ਸੀ। ਤੋ ਹੀ ਕੋ ਅਸਾਂ ਜ਼ਰਬ ਦਿਉਂ, ਇਹ ਅਗਰ ਇੱਕ ਜ਼ਰਬ ਦਿਉਂ ਮਲਟੀਪਲਾਈ 12 ਨਾਲ, ਕਿ ਕੁੰਡ ਤੱਕ ਹੈ ਇਹ ਆ ਗਿਆ 10.39, 10.39। ਤੋ ਇਹਦੀ ਹੁਣ ਲੈਂਥ ਕਿਤਨਾ ਆਵੇ ਸੀ? 10.39, ਠੀਕ ਹੈ ਨਾ। ਇਹ ਤਾਂ ਹੁਣ ਅਸੀਂ ਜੀ ਕੀਮਤ ਇਹਦੀ ਆ ਗਈ ਹੈ 10.39। ਲੇਕਿਨ ਸਾਇਦ ਉਹ ਸਵਾਲ ਇਹਦਾ ਨਹੀਂ ਪੁੱਛਦਾ ਪਿਆ, ਉਹ ਸਵਾਲ ਪੁੱਛਦਾ ਪਿਆ ਇਹਦਾ ਏਰੀਆ ਕਿਆ ਹੈ, ਠੀਕ ਹੈ ਨਾ। ਜਿਹੜਾ ਪਹਿਲਾ 18 ਨੰਬਰ ਹੈ, ਵਟ ਇਜ਼ ਦੀ ਏਰੀਆ ਆਫ ਰੈਕਟੈਂਗਲ, ਯਾਨੀ ਇਹਦਾ ਪੂਰੇ ਦਾ ਏਰੀਆ ਕਿਆ ਹੈ, ਇਹਦਾ ਰਕਬਾ ਕਿਆ ਹੈ? ਤੋ ਉਹਦਾ ਏਰੀਆ ਦਾ ਵਾਲਾ ਵਿਆਹ ਫਾਰਮੂਲਾ ਹੈ, ਏਰੀਆ ਦਾ ਫਾਰਮੂਲਾ ਮੈਂ ਇੱਥੇ ਕਰਨ ਲੱਗਾ ਜ਼ਰਾ ਦੇਖੀ। ਏਰੀਆ ਦਾ ਫਾਰਮੂਲਾ ਹੁੰਦੇ ਏਰੀਆ ਇਜ਼ ਇਕੁਅਲ ਟੂ ਵਿਡਥ, ਵਿਡਥ, ਠੀਕ ਹੈ ਨਾ, ਔਰ ਇਹ ਜਿਹੜਾ ਨਾ ਮਲਟੀਪਲਾਈ ਬੇਸ, ਠੀਕ ਹੈ ਨਾ, ਜਾਂ ਲੈਂਥ, ਠੀਕ ਹੈ ਨਾ। ਏਰੀਆ ਕਿਆ ਹੁੰਦਾ? ਐੱਲ ਮਲਟੀਪਲਾਈ ਡਬਲਿਊ। ਐੱਲ ਦੀ ਕੀਮਤ ਆਲਰੇਡੀ ਸਾਰੇ ਕਿ ਹੇ ਪਾਈ 10.1, 10.39 ਮਲਟੀਪਲਾਈ ਇਹਦੀ ਕੀਮਤ 6 ਵਿਡਥ ਦੀ, ਇਹ ਵਿਡਥ ਦੀ ਕੀਮਤ 6 ਆ ਗਈ, ਠੀਕ ਹੈ ਨਾ, ਇਹ ਇੱਥੇ ਇਸ਼ਾਰਿਆ। ਤੋ ਅਸਾਂ ਇੱਕ ਕਰੂੰ ਤਾਂ ਇਹ 62 ਸਮਥਿੰਗ ਮੈਨੂੰ ਪੜ੍ਹਦੇ, ਠੀਕ ਹੈ ਨਾ। ਅਗਰ ਇੱਕ ਅਸਾਂ ਕਰਕੇ ਦੇਖੋ ਮਲਟੀਪਲਾਈ 62.335, ਠੀਕ ਹੈ ਨਾ, ਇਹ ਏਰੀਆ ਆ ਗਿਆ। ਹੁਣ ਏਰੀਆ ਤਾਂ ਆ ਗਿਆ, ਲੇਕਿਨ ਜਵਾਬ ਵਿੱਚ, ਜਵਾਬ ਵਿੱਚ ਕਿੱਥੇ ਲਿਖਿਆ ਹੋਣਾ? ਜਵਾਬ ਵਿੱਚ ਦੇਖੋ ਨਾ ਕਿੱਥੇ ਕਹਿੰਦੀ 62.35। ਜਵਾਬ ਵਿੱਚ ਉਹਦੀ ਵੀ ਫਾਰਮੂਲੇ ਖੜੀ ਆ, ਉਹਦੇ ਖੜੀ 18.72। ਹੁਣ ਹੀ ਕੋਈ ਹੱਲ ਕਰਨਾ, ਪਹਿਲੀ ਗੱਲ ਤਾਂ ਇਹ ਤੁਹਾਡੇ ਕੋਲ ਜਵਾਬ ਆ ਗਿਆ 62। ਹੁਣ ਇਹਦੇ 62 ਡਾਇਰੈਕਟ ਕਹਿੰਦੀ ਤਾਂ ਖੜਾ, ਇਹ 18 ਛੋਟਾ ਹੈ ਉਹਦੇ ਕਹਿੰਦੇ 62 ਕਹਿੰਦੀ, 70 ਬਹੁਤ ਵੱਡਾ ਹੈ। ਤੋ ਇਹਨੇ ਤ੍ਰੈ ਵਿੱਚੋਂ ਕੋਈ ਇੱਕ ਹੈ, ਠੀਕ ਹੈ, ਇਹਨੇ ਤ੍ਰੈ ਵਿੱਚੋਂ, ਇਹਦੇ ਵਿੱਚੋਂ ਅਸਾਂ 18 ਹੈ, 18 ਕੋ ਅਗਰ ਮਲਟੀਪਲਾਈ ਕਰੋ 3 ਨਾਲ, ਔਰ ਉਹਦਾ ਉੱਤੋਂ ਜਿਹੜਾ ਨਾ ਉਹ ਦਿੱਤਾ ਖੜੇ ਕਿਆ ਕਹੂੰ ਅੰਡਰ ਰੂਟ, ਤੋ ਇਹਦਾ ਜਵਾਬ ਵੀ ਕੰਮਨ ਬਣ ਸੀ, ਕਿਉਂਕਿ ਅਸਾਂ ਕੋ ਪਤਾ ਹੋਣਾ ਚਾਹੀਦਾ ਤ੍ਰੈ ਦਾ ਜਿਹੜਾ ਅੰਡਰ ਰੂਟ ਹੈ
ਉਹਦੀ ਕੀਮਤ ਤਕਰੀਬਨ 1.70 1.72 ਰਨ ਬਣਦੀ, 1.72 ਕੋ 18 ਨਾਲ ਜ਼ਿਆਦਾ ਬਣੀਓ, ਜ਼ਿਆਦਾ ਜ਼ਿਆਦਾ ਰਨ ਬਣਦੀ 24, ਠੀਕ ਹੈ ਨਾ, 24 ਜਾਂ 30 ਵੀ, ਹਾਂ 30 ਰਨ ਬਣਦੀ ਤਕਰੀਬਨ, ਤਾਂ 30 ਵੀ ਘੱਟ ਹੈ, ਤਾਂ ਇਹਦਾ ਮਤਲਬ ਮੇ ਵੀ ਇਹ ਥੀ ਸਕਦਾ, ਕਿਉਂਕਿ 36 ਹੈ, 36 ਕੋ ਜ਼ਰਬ ਕਰੋ ਤ੍ਰੈ ਹੁੰਦੇ, ਤ੍ਰੈ ਦੇ ਹੁੰਦੇ ਨਾਲ ਉਹ ਕਿਵੇਂ ਕਰਸੋ, ਉਹਦਾ ਤਰੀਕਾਕਾਰ ਇਹ ਜਿਹੜੇ ਇਹ ਦੱਸਣਾ ਹੈਗਾ, ਇਹ ਪਹਿਲੇ ਜਿਹੜਾ ਕਿਆ ਕਰਸ ਹੈ, ਤ੍ਰੈ ਕੋ ਉਹਦਾ ਉਹਦਾ ਜਿਹੜਾ ਅੰਡਰ ਰੂਟ, ਇਹ ਅੰਡਰ ਰੂਟ ਹੈ, ਅੰਡਰ ਰੂਟ 'ਤੇ ਕਲਿੱਕ ਕਰਸ ਹੈ, ਉਹਦਾ ਜਵਾਬ ਆ ਗਿਆ 1.73, ਉਹ ਵਾਲਾ ਮਲਟੀਪਲਾਈ ਥੀਂਦਾ ਪਾ ਨਾ ਇੱਥਾਂ, ਇਹ ਮਲਟੀਪਲਾਈ ਥੀਂਦਾ ਪਾ, ਤਾਂ ਇਹ ਜਿਹੜਾ ਤੂੰ ਇੱਕ ਮਲਟੀਪਲਾਈ ਮਲਟੀਪਲਾਈ ਠੀਕ ਹੈ ਨਾ, ਮਲਟੀਪਲਾਈ ਕਿਹਦੇ ਨਾਲ, 36 ਨਾਲ, 36 ਨਾਲ ਜੋ ਕਰਸ ਹੈ ਇਹ ਜਿਹੜਾ ਆਵੇ ਸੀ 62.35, ਉਹ ਜਵਾਬ ਆ ਗਿਆ ਨਾ 62, ਇਹਦਾ ਕਿਆ ਮਤਲਬ ਹੈ, ਇਹਦਾ ਮਤਲਬ ਇਹ ਡੀ ਹੈ, ਠੀਕ ਹੈ ਨਾ, ਡੀ ਇਹਦਾ ਜਵਾਬ ਹੈ। ਅੱਛਾ ਦੂਜਾ ਸਵਾਲ ਪੁੱਛਦਾ ਪਿਆ, ਵਟ ਇਜ਼ ਦੀ ਪੈਰੀਮੀਟਰ ਆਫ ਦੀ ਰੈਕਟੈਂਗਲ, ਪੈਰੀਮੀਟਰ ਹੁਣ ਕਿਆ ਹੈ, ਇਹ ਚੀਜ਼ ਜਿਹੜਾ ਟ੍ਰਿਗਨੋਮੈਟਰੀ ਚੀਜ਼ਾਂ ਛੋਟੇ ਜਿਹੇ ਸਮਝਣਾ ਕਿ ਵੀ ਪੈਰੀਮੀਟਰ ਕਿਆ ਹੁੰਦਾ, ਜਿਵੇਂ ਮੈਂ ਸਾਰੇ ਤੇ ਡਾਇਗਨਲ ਹੈ, ਇਹ ਲੈਂਥ ਹੈ, ਇਹ ਵਿਡਥ ਹੈ, ਪੈਰੀਮੀਟਰ ਇਹ ਹੈ ਕਿ ਜੀ ਇਹ ਸਾਰਾ ਇੱਥੋਂ ਯਾਨੀ ਇਵੇਂ ਚਲਦੇ ਆਓ ਚਲਦੇ ਆਓ ਚਲਦੇ ਆਓ ਚਲਦੇ ਆਓ, ਠੀਕ ਹੈ, 10 ਇੱਥਾਂ ਚੱਲੇ ਵੇ, ਬਲਾ 6 ਇੱਥਾਂ ਚੱਲੇ ਵੇ, ਬਲਾ 10 ਵਾਪਸ ਚੱਲੇ ਵੇ, ਬਲਾ ਜਿਹੜਾ 6 ਵਾਪਸ ਚੱਲੇ ਵੇ, ਇਹ ਬਣ ਕੇ ਜਿਹੜਾ ਤੁਹਾਡਾ ਪੈਰੀਮੀਟਰ, ਯਾਨੀ ਕਿਆ ਇਹ ਤਰੀਕਾ, ਅਗਰ ਤੁਸੀਂ ਏਰੀਆ ਅੰਡਰ ਦਾ ਜਿਹੜਾ ਇਹਦੇ ਵਿੱਚ ਏਰੀਆ ਹੈ ਨਾ, ਏਰੀਆ ਇਹਦੇ ਵਿੱਚ ਵਾਲਾ, ਉਹ ਤਾਂ ਆ ਗਿਆ, ਉਹ ਤੁਹਾਡਾ ਸਾਰੇ ਤੇ ਮੈਂ ਕਿਹਾ ਹੈ ਉਹ 62.8 ਹੈ, ਲੇਕਿਨ ਅਗਰ ਇੱਥੋਂ ਉਹਨੇ ਮੈਂ ਚੱਲਦਾ ਮੈਂ ਇੱਥੋਂ ਵਜੇ ਇੱਥੇ ਵਜੇ ਇੱਥੇ ਜ਼ਿਆਦਾ ਬਣਦੀ ਸੀ ਨਾ, ਤਾਂ ਹੀਕੂ ਹੁਣ ਮਾਇਆਰ ਕਰਨਾ, ਇੱਕੋ ਮਾਇਆਰ ਕਰਨ ਦਾ ਤਰੀਕਾ ਕਰ ਇਹ, ਤੂੰ ਇੱਕੋ 10.39 ਜਮਾ 6 ਭਲਾ ਜਮਾ 6 ਜਮਾ 6 10.0 ਇਹ ਵੀ ਇਹ ਇੱਕੋ ਹੈ ਨਾ, ਇਹ ਵੀ ਇੱਕੋ ਇੱਕ ਇੱਕ ਕੀਮਤ ਹੈ ਨਾ, ਕਿਉਂਕਿ ਉੱਤੋਂ ਇਹ ਬਰਾਬਰ ਹਨ, ਦੋਹੇ ਬਰਾਬਰ ਹਨ, ਅਤੇ ਇਹ ਵੀ 6 ਬਣਦੇ ਸੀ, 6 12 ਅਤੇ ਇਹ ਕਿਆ ਬਣ ਸੀ 10.39 10.39 ਕਿਤਨਾ ਬਣ ਪੜ ਸੀ ਤਕਰੀਬਨ ਕੋਈ 20.0 ਸਮਥਿੰਗ, ਤੋ ਅਸੀਂ ਇੱਕ ਹੁਣ ਜਮ੍ਹਾਂ ਕਰੂੰ, ਇਹਦਾ ਵੈਸੇ ਪੈਰੀਮੀਟਰ ਦਾ ਫਾਰਮੂਲਾ ਇਹ ਹੁੰਦਾ, ਪੈਰੀਮੀਟਰ ਦਾ ਫਾਰਮੂਲਾ ਹੁੰਦਾ ਪੀ ਇਜ਼ ਇਕੁਅਲ ਟੂ 2, ਠੀਕ ਹੈ ਨਾ, ਮਲਟੀਪਲਾਈ, ਠੀਕ ਹੈ ਨਾ, ਅਸੀਂ ਇਹ ਨੰਬਰ ਮਲਟੀਪਲਾਈ, ਇਹਦੇ ਵਿੱਚ ਕਿਆ ਹੋ ਸੀ ਐੱਲ ਮਲਟੀਪਲਾਈ ਡਬਲਿਊ, ਕਿਵੇਂ, ਉਹ ਸੋਰੀ ਮਲਟੀਪਲਾਈ ਜਮ੍ਹਾਂ ਜਮ੍ਹਾਂ ਸੋਰੀ ਜਮ੍ਹਾਂ ਡੂ, ਇਹ ਐੱਲ ਦੀ ਕੀਮਤ ਕਿਆ ਹੈ, ਐੱਲ ਦੀ ਕੀਮਤ 10.39 ਪਲੱਸ ਡਬਲਿਊ ਦੀ ਕੀਮਤ 6 ਹੈ, ਤਾਂ ਇਹਨੇ ਕਿਆ ਪੜ ਸੀ 10.0 ਇਵੇਂ 16.93 ਮਲਟੀਪਲਾਈ 2, ਤਾਂ ਇਹ ਵਨ ਬੜ ਸੀ 32.32, ਅਗਰ ਅਸੀਂ ਕਰਕੇ ਦੇਖੋ ਤਾਂ ਕਰਕੇ ਕਿਤਨਾ ਬਣ ਬੜ ਸੀ 16.39 ਮਲਟੀਪਲਾਈ 2, ਇਹ ਜੋ ਕਰੂੰ ਇਹ ਬਣਦੀ ਸੀ 32.78। ਹੁਣ ਉਹਨੇ ਵਾਲਾ ਅੱਗੋਂ ਮਜ਼ੀਦ ਜਿਹੜਾ ਥੋੜ੍ਹੀ ਜਿਹਾ ਤੁਹਾਨੂੰ ਕੋ ਡਿਫੀਕਲਟੀ ਦੇਖ ਰਹੀ ਹੈ, ਇੱਥਾਂ ਦੇ ਕਿੱਥੇ ਕਹਿੰਦੀ 32.0 ਜਿਹੜਾ ਨਾ 78, ਤਾਂ ਹੁਣ 32.78 ਕਿਵੇਂ, 18 ਘੱਟ ਹੈ 24 ਘੱਟ ਹੈ, ਇਹ ਥੀ ਸਕਦੇ ਭਾਈ, ਠੀਕ ਹੈ ਨਾ, 12 ਹੈ, ਉਹਦੇ ਬਾਅਦ ਇਹ ਜਿਹੜਾ ਅੱਗੋਂ 12 ਪਿਆ ਜਮ੍ਹਾਂ ਥੀ ਨਾ ਪਾਇਆ 24, ਉਹਦੇ ਬਾਅਦ ਅੱਗੋਂ ਕੁਛ ਹੈ ਭਾਈ, ਇਹਦੇ ਨਾਲ ਮਲਟੀਪਲਾਈ ਇਹਦਾ ਤਰੀਕਾ ਕਰ, ਹੁਣ ਇਹ ਕੋ ਹੱਲ ਕਰਨਾ, ਠੀਕ ਹੈ ਨਾ, ਇਹ ਯਾਨੀ ਆਪਸ਼ਨ ਥੀ ਸਕਦੇ ਕਿਵੇਂ, 12 ਜਮ੍ਹਾਂ 12 ਇਹ ਜਿਹੜਾ 3 ਕੋ ਅਸਾਂ ਜਿਹੜਾ ਨਾ ਇਹਦੀ ਅੰਡਰ ਰੂਟ ਤੱਕ ਇਹ ਜਿਹੜਾ ਨਾ ਅਗਰ ਦੇਖ ਤੂੰ ਅਸਾਂ ਕਰਨਾ ਇਹ 3
ਇਹਦਾ ਇੱਥੇ ਯਾਰ ਠੀਕ ਹੈ ਠੀਕ ਹੈ ਨਾ, ਇਹ 1.73 ਪੜ ਗਿਆ। ਤਾਂ 1.73 ਤੋਂ ਕਹਿੰਦਾ 12 ਜਮਾ 12 1.73, ਅਗਰ ਇੱਕ ਮਲਟੀਪਲਾਈ ਕਰੋ 1.73 ਕੋ 12 ਨਾਲ, ਤਾਂ ਇਹ ਕਿਵੇਂ ਬੜਦੀ, ਇਹ ਬੜਦਾ ਪਾ 20.78। ਤਾਂ ਇਹ 20.78 ਜਮਾ 12, ਤੋ ਅਗਰ 1.78 ਕੋ ਜਮਾ 12 ਕਰੋ, ਜਿਵੇਂ ਦਿੱਤਾ ਖੜੇ ਇਹ ਜਮਾ ਕਰਨੇ ਪੈਂਦੇ 12, ਤਾਂ ਇਹ ਕਿਵੇਂ ਬੜਦੀ 32.78। ਸਾਰਾ ਜਵਾਬ ਵੀ 32.78। ਇਹਦਾ ਕਿਆ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਇਹ ਵਾਲਾ ਇਹਦਾ ਜਿਹੜਾ ਇਹ ਹੈ ਸੀ ਹੈ, ਠੀਕ ਹੈ ਨਾ, ਇਹ ਸੀ ਦਾ ਜਵਾਬ ਹੈ। ਤਾਂ ਇਹ ਤਰੀਕਾ ਕਾਰ ਹੱਲ ਕਰਨ ਦਾ।